ਮੇਰੇ ਸਾਹਮਣੇ ਡਾਇਸ ਤੇ ਅੱਜ ਦੇ ਸੈਮੀਨਾਰ ਨੂੰ ਪ੍ਰਜੈਂਟ ਕਰ ਰਹੇ ਡਾਕਟਰ ਜਤਿੰਦਰ ਸਿੰਘ ਦਾਵਾ ਮੁੱਖ ਮਹਿਮਾਨ ਡਾਕਟਰ ਰਤਨ ਸਿੰਘ ਜੀ ਪਾਟੀਆ ਅਤੇ ਡਾਕਟਰ ਮਨਮੋਹਨ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ ਮੇਰੇ ਸਾਹਮਣੇ ਅੱਜ ਦੇ ਇਸ ਵਿਸ਼ੇ ਨਾਲ ਅਤੇ ਖੋਜ ਖੇਤਰ ਨਾਲ ਜੁੜੀਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਇਸ ਕਾਲਜ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟਸ ਤੋਂ ਆਏ ਸਟੂਡੈਂਟਸ ਟੀਚਰਸ ਮੇਰੇ ਪੇਪਰ ਦਾ ਟਾਈਟਲ ਸਿੱਖ ਅਧਿਐਨ ਉੱਤਰ ਆਧੁਨਿਕ ਪ੍ਰਤੀਕ ਹੈ ਡਾਕਟਰ ਗੁਰਭਗਤ ਸਿੰਘ ਦੁਆਰਾ ਸਿੱਖ ਚਿੰਤਨ ਵਿੱਚ ਪਾਏ ਯੋਗਦਾਨ ਦੇ ਵਿਸ਼ੇਸ਼ ਪ੍ਰਸੰਗ ਵਿੱਚ ਕਿਉਂਕਿ ਅਸੀਂ ਡਾਕਟਰ ਗੁਰਭਗਤ ਸਿੰਘ ਦੀਆਂ ਰਚਨਾਵਾਂ ਦਾ ਜਿੰਨੇ ਪੇਪਰ ਰੀਡਰਸ ਨੇ ਅਸੀਂ ਸਾਰਿਆਂ ਨਾਲ ਕੇ ਪਾਠ ਕੀਤਾ ਅਤੇ ਉਸ ਪਾਠ ਦੇ ਵਿੱਚੋਂ ਡਿਵਾਈਡ ਕੀਤਾ ਡਾਕਟਰ ਗੁਰਭਗਤ ਸਿੰਘ ਦੇ ਚਿੰਤਨ ਨੇ ਜਿਹੜੀਆਂ ਸ਼ੇਡਸ ਹੋ ਸਕਦੀਆਂ ਨੇ ਪੋਸੀਬਲ ਅਤੇ ਇੱਕ ਸ਼ੇਡ ਉਹਨਾਂ ਦੀ ਸਿੱਖ ਅਧਿਐਨ ਦੇ ਸਿੱਖ ਸਟੱਡੀਜ਼ ਦੇ ਨਾਲ ਜੁੜੀ ਹੋਈ ਹੈ ਸੋ ਮੈਂ ਉਹਨੂੰ ਤੁਹਾਡੇ ਸਾਹਮਣੇ ਪ੍ਰੈਜੈਂਟ ਕਰਨ ਜਾ ਰਿਹਾ ਡਾਕਟਰ ਗੁਰਭਗਤ ਸਿੰਘ ਪੰਜਾਬੀ ਚਿੰਤਨ ਅਤੇ ਉੱਤਰ ਆਧੁਨਿਕ ਸਿਧਾਂਤ ਨੂੰ ਨੇੜਤਾ ਪ੍ਰਦਾਨ ਕਰਨ ਵਾਲਾ ਚਿੰਤਕ ਹੈ ਉਹਨਾਂ ਦੁਆਰਾ ਕੀਤੇ ਖੋਜ ਕਾਰਜ ਤੋਂ ਸਿੱਖ ਅਧਿਐਨ ਅਤੇ ਪੰਜਾਬੀ ਚਿੰਤਨ ਨੂੰ ਵਿਸ਼ਵਾਸੀ ਸੰਵਾਦ ਨਾਲ ਜੁੜਨ ਦੀ ਪ੍ਰੇਰਣਾ ਅਤੇ ਸਮਝ ਪ੍ਰਾਪਤ ਹੁੰਦੀ ਹੈ ਪਿਛਲੇ 3 ਹਫ਼ਤਿਆਂ ਵਿੱਚ ਸਿੱਖ ਅਧਿਐਨ ਨੂੰ ਗੰਭੀਰ ਅਤੇ ਸਮਰੱਥ ਅਨੁਸ਼ਾਸਨ ਵਜੋਂ ਸਥਾਪਿਤ ਕਰਨ ਵਿੱਚ ਜਸਵੀਰ ਸਿੰਘ ਆਲੂਵਾਲੀਆ ਅਤੇ ਗੁਰਭਗਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਹਾਲਾਂਕਿ ਮੂਲ ਰੂਪ ਵਿੱਚ ਇਹ ਸ਼ਖਸੀਅਤਾਂ ਹੋਰ ਖੇਤਰਾਂ ਨਾਲ ਸੰਬੰਧਿਤ ਹਨ ਸਾਡਾ ਇਹ ਪੇਪਰ ਡਾਕਟਰ ਗੁਰਭਗਤ ਸਿੰਘ ਦੁਆਰਾ ਸਿੱਖ ਅਧਿਐਨ ਦੇ ਖੇਤਰ ਵਿੱਚ ਕੀਤੀ ਖੋਜ ਨੂੰ ਅਕਾਦਮਿਕ ਦ੍ਰਿਸ਼ਟੀ ਤੋਂ ਸਮਝਣ ਦਾ ਯਤਨ ਹੈ ਉਹਨਾਂ ਦੀਆਂ ਲਿਖਤਾਂ ਨਾਲ ਸਿੱਖ ਅਧਿਐਨ ਦੇ ਖੇਤਰ ਵਿੱਚ ਦੋ ਮੁਖੀ ਤਬਦੀਲੀ ਵਾਪਰਦੀ ਹੈ ਇਹ ਜਿਹੜੀ ਪਹਿਲੀ ਤਬਦੀਲੀ ਵਾਪਰਦੀ ਹੈ ਉਹਦੇ ਵਿੱਚ ਇਹ ਕਿ ਸਿੱਖ ਚਿੰਤਨ ਇੰਟਰਨੈਸ਼ਨਲ ਲੈਵਲ ਦੇ ਸਟੱਡੀਜ਼ ਦੇ ਵਿੱਚ ਐਡਵਾਂਸ ਸਟੱਡੀਜ਼ ਦੇ ਵਿੱਚ ਜੋ ਚੱਲ ਰਿਹਾ ਸਿੱਖ ਚਿੰਤਨ ਉਹਦੇ ਨਾਲ ਜੋੜਨ ਦੇ ਲਈ ਆਪਣੀ ਇੱਕ ਤੰਗ ਪੈਦਾ ਕਰਦਾ ਉਹਦੀ ਰੁਚੀ ਪੈਦਾ ਹੁੰਦੀ ਹੈ ਇਸ ਤਰ੍ਹਾਂ ਨਹੀਂ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਇਸ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਰਚਨਾਵਾਂ ਦੇਖ ਸਕਦੇ ਹਾਂ ਸਪਿਰਿਟ ਆਫ ਓਰੀਐਂਟਲ ਪੋਇਟਰੀ ਖਾਸ ਤੌਰ 'ਤੇ ਇਹ ਪੂਰੇ ਦਾ ਪੂਰਾ ਥੀਸਿਸ ਲੈਵਲ ਜੈਨ ਅਤੇ ਜਾਂ ਸਰਦਾਰ ਕਪੂਰ ਸਿੰਘ ਦੀਆਂ ਰਚਨਾਵਾਂ ਵਿੱਚ ਵੀ ਇਹ ਗੱਲ ਸਾਨੂੰ ਦੇਖਣ ਨੂੰ ਮਿਲਦੀ ਹੈ ਪਰੰਤੂ ਪੂਰਨ ਸਿੰਘ ਦੇ ਕੰਟੈਕਸਟ ਵਿੱਚ ਉਹ ਮਿਸਟਿਕ ਜ਼ਿਆਦਾ ਰਹਿ ਜਾਂਦੀਆਂ ਸ਼ੇਡਸ ਅਤੇ ਕਪੂਰ ਸਿੰਘ ਦੇ ਕੰਟੈਕਸਟ ਵਿੱਚ ਉਹ ਇੱਕ ਅਸੰਗਠਿਤ ਜਿਹੜੀਆਂ ਅੰਤਰਦ੍ਰਿਸ਼ਟੀਆਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਇਸ ਕਰਕੇ ਗੁਰਭਗਤ ਸਿੰਘ ਦੀ ਵਿਸ਼ੇਸ਼ਤਾ ਅੱਗੇ ਮੈਂ ਜਾ ਕੇ ਗੱਲ ਕਰਾਂਗਾ ਜਿਹੜੀ ਦੂਸਰੀ ਤਬਦੀਲੀ ਵਾਪਰਦੀ ਹੈ ਉਹ ਇਹ ਹੈ ਕਿ ਸਿੱਖ ਚਿੰਤਨ ਸਮਕਾਲੀ ਵਿਧੀਆਂ ਦੀ ਗਿਆਨਾਤਮਕ ਦਿਸ਼ਾ ਵੱਲ ਵੱਧ ਸੰਜੀਦਗੀ ਨਾਲ ਕਦਮ ਪੁੱਟਦਾ ਹੈ ਇੱਥੇ ਗਿਆਨਾਤਮਕ ਦਿਸ਼ਾ ਵੱਲ ਵੱਧ ਸੰਜੀਦਗੀ ਨਾਲ ਕਦਮ ਪੁੱਟਣ ਦਾ ਭਾਵ ਹੈ ਕਿ ਇਸ ਤਰ੍ਹਾਂ ਨਹੀਂ ਹੁਣ ਹੋਏਗਾ ਕਿ ਤੁਸੀਂ ਗੁਰਬਾਣੀ ਦੀਆਂ ਕੁਝ ਪਟੀਸ਼ਨਸ ਲਾਓ ਉਹਨਾਂ ਨੂੰ ਕੋਟ ਕਰੋ ਜਾਂ ਉਹਨਾਂ ਦੀ ਕੁਝ ਇੰਟਰਪ੍ਰੀਟੇਸ਼ਨ ਕਰੋ ਅਤੇ ਬਸ ਤੁਸੀਂ ਕਹੋ ਕਿ ਮੈਂ ਗੁਰਬਾਣੀ ਦੀ ਵਿਆਖਿਆ ਕੀਤੀ ਹੁਣ ਇਸ ਤਰ੍ਹਾਂ ਨਹੀਂ ਹੋਏਗਾ ਜਿਹੜੇ ਚੈਲੰਜਸ ਸਾਡੀ ਸਟੱਡੀਜ਼ ਦੇ ਸਾਹਮਣੇ ਸਿੱਖ ਅਧਿਐਨ ਦੇ ਸਾਹਮਣੇ ਅੱਜ ਖੜ੍ਹੇ ਨੇ ਉਹਨਾਂ ਵਿੱਚ ਸਾਨੂੰ ਹੁਣ ਉਹਨਾਂ ਨੂੰ ਥਿਊਰਾਈਜ਼ ਕਰਨਾ ਪਏਗਾ ਭਾਵ ਉਹਨਾਂ ਨੂੰ ਫਿਲੋਸੋਫੀਕਲੀ ਥਿਊਰਾਈਜ਼ ਕਰਨਾ ਪਏਗਾ ਉਹਨਾਂ ਦਾ ਦਾਰਸ਼ਨਿਕ ਪਰਪੇਖ ਤਿਆਰ ਕਰਨਾ ਪਏਗਾ ਸੋ ਡਾਕਟਰ ਗੁਰਭਗਤ ਸਿੰਘ ਦੀ ਇਸ ਪੱਖੋਂ ਦੋਨੇ ਪੱਖਾਂ ਤੋਂ ਇਹ ਪ੍ਰਾਪਤੀ ਹੈ ਕਿ ਉਹਨਾਂ ਨੇ ਸਿੱਖ ਅਧਿਐਨ ਦੇ ਵਿੱਚ ਇੱਕੋ ਦਾ ਇੰਟਰਨੈਸ਼ਨਲ ਲੈਵਲ 'ਤੇ ਰਾਬਤਾ ਬਣਾਇਆ ਜੋ ਸਟੱਡੀਜ਼ ਦੀਆਂ ਚੱਲ ਰਹੀਆਂ ਸੀ ਖਾਸ ਤੌਰ 'ਤੇ ਪੋਸਟ ਮਾਡਰਨ ਥੌਟ ਦੇ ਕੰਟੈਕਸਟ ਵਿੱਚ ਅਤੇ ਦੂਜਾ ਉਹਦੀ ਪਿਸਟੀਮੋਲੋਜੀ ਉਹਨਾਂ ਨੂੰ ਥਿਊਰਾਈਜ਼ ਕਰਨ ਦੀ ਆਦਤ ਜਿਹੜੀ ਸਾਨੂੰ ਖਾਸ ਤੌਰ 'ਤੇ ਨਵੇਂ ਸਰਚਰਸ ਨੂੰ ਉਹਨਾਂ ਨੇ ਪਾਈ ਡਾਕਟਰ ਗੁਰਭਗਤ ਸਿੰਘ ਖੋਜ ਖੇਤਰ ਵਿੱਚ ਉਦੋਂ ਪ੍ਰਵੇਸ਼ ਕਰਦੇ ਹਨ ਜਦੋਂ ਸਿੱਖ ਅਧਿਐਨ ਸਿੱਖ ਸਵਾਈ ਪ੍ਰਵਚਨ ਦੇ ਮਾਪਦੰਡ ਧਾਰਮਿਕ ਸਥਾਪਿਤ ਹੋਣ ਵੱਲ ਵੱਧ ਰਿਹਾ ਸੀ ਅਤੇ ਸਿੱਖ ਸਮਾਜ ਸੱਭਿਆਚਾਰਕ ਰਾਜਨੀਤਿਕ ਆਰਥਿਕ ਸਮੱਸਿਆਵਾਂ ਦਾ ਗਿਆਨ ਪੱਧਰ 'ਤੇ ਨਿਖੇੜਾ ਕਰਨ ਤੋਂ ਅਸਮਰੱਥ ਹੋਣ ਕਰਕੇ ਇਹਨਾਂ ਨੂੰ ਇੱਕ ਦੂਜੇ ਨਾਲ ਉਲਝਾ ਵੱਡੇ ਸੰਕਟ ਸਿਹੜ ਚੁੱਕਾ ਸੀ ਇਸ ਸੰਕਟ ਲਈ ਜਿੱਥੇ ਬਾਹਰੀ ਕਾਰਨ ਜ਼ਿੰਮੇਵਾਰ ਸਨ ਉੱਥੇ ਸਿੱਖ ਪੰਥ ਦੇ ਅੰਦਰੋਂ ਪੈਦਾ ਹੋਏ ਕਾਰਨਾਂ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਇਹ ਦੋਨੋਂ ਤਰ੍ਹਾਂ ਦੇ ਕਾਰਨਾਂ ਦਾ ਪ੍ਰਭਾਵ ਉਹਨਾਂ ਦੀਆਂ ਲਿਖਤਾਂ ਵਿੱਚ ਸਿੱਧੇ ਅਤੇ ਅਸਿੱਧੇ ਦੋਵੇਂ ਤਰ੍ਹਾਂ ਨਾਲ ਦੇਖਿਆ ਜਾ ਸਕਦਾ ਹੈ ਇੱਥੋਂ ਤੱਕ ਕਿ ਉਹਨਾਂ ਦੀਆਂ ਧਰਮ ਸ਼ਾਸਤਰੀ ਵਿਆਖਿਆ ਦੀ ਪਿੱਠ ਭੂਮੀ ਵੀ ਸਿੱਖੀ ਦੇ ਸਮਾਜਿਕ ਰਾਜਨੀਤਿਕ ਸੰਕਟ ਦੇ ਪ੍ਰਭਾਵ ਅਧੀਨ ਹੈ ਅੱਗੇ ਮੈਂ ਉਹਨਾਂ ਦੀਆਂ ਰਚਨਾਵਾਂ ਦੀ ਡਾਕਟਰ ਮਨਜੀਤ ਸਿੰਘ ਨੂੰ ਗੱਲ ਰੱਖੇ ਗਏ ਹਨ ਮੈਂ ਉਹਨਾਂ ਨੂੰ ਥਿਊਰਾਈਜ਼ ਕੇ ਕੈਟਾਗਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਡਾਕਟਰ ਗੁਰਭਗਤ ਸਿੰਘ ਦੀਆਂ ਰਚਨਾਵਾਂ ਦੇ ਮੇਰੇ ਹਿਸਾਬ ਦੇ ਨਾਲ ਜਿਹੜੀ ਮੇਰੀ ਸਮਝ ਹੈ ਉਹਦੇ ਮੁਤਾਬਕ 5 ਵਰਗ ਜਿਹੜੇ ਆ ਉਹ ਬਣਦੇ ਆ ਜਿਹੜਾ ਉਹਨਾਂ ਦੇ ਵਿੱਚ ਸਭ ਨੂੰ ਪਹਿਲਾ ਵਰਗ ਹੈ
ਉਹ ਬਿਲਕੁਲ ਇੱਕ ਆਜ਼ਾਦ ਚਿੰਤਕ ਵਾਲਾ ਆ ਜਿਹਦੇ ਵਿੱਚ ਪੰਜਾਬ ਦੇ ਭਾਰਤ ਦੇ ਜਾਂ ਇੱਥੋਂ ਦੇ ਲੋਕਲ ਇਸ਼ੂਜ ਜਿਹੜੇ ਆ ਉਹ ਡਿਸਕਸ ਨਹੀਂ ਹੁੰਦੇ। ਇਹ ਡਾਕਟਰ ਗੁਰਭਗਤ ਸਿੰਘ ਸਿੱਧੇ ਰੂਪ ਦੇ ਵਿੱਚ ਇਹ ਇੰਟਰਨੈਸ਼ਨਲ ਸਟੱਡੀਜ਼ ਦੇ ਉੱਤੇ ਜੋ ਚੱਲ ਰਿਹਾ ਉਹਦੇ ਵਿੱਚ ਕੰਟਰੀਬਿਊਟ ਕਰ ਰਹੇ ਨੇ, ਉਹਦੇ ਉੱਤੇ ਆਪਣੇ ਕਮੈਂਟਸ ਦੇ ਰਹੇ ਨੇ। ਅਤੇ ਉਹਦੇ ਵਿੱਚ ਕੁਝ ਉਹਨਾਂ ਦੀ ਰਚਨਾਵਾਂ ਜਿਵੇਂ ਵੈਸਟਰਨ ਪੋਲੀਟਿਕਸ ਐਂਡ ਈਸਟਰਨ ਥਾਟ, ਲਿਟਰੇਚਰ ਐਂਡ ਫੋਕਲਰ ਆਫਟਰ ਸਟਰਕਚਰਲਿਜ਼ਮ, ਪੋਇਟਰੀ ਐਸ ਮੈਟਾ ਕੌਂਸ਼ੀਅਸਨੈਸ, ਡਿਫਰੈਂਸ਼ੀਅਲ ਮਲਟੀ ਲੋ, ਉੱਤਰ ਆਧੁਨਿਕਵਾਦ, ਕਾਵਿ ਸ਼ਾਸਤਰ ਦੇ ਅਤੇ ਗ੍ਰੰਥੀ ਜਗਤਰੀ ਦਾ, ਇਹ ਰਚਨਾਵਾਂ ਉਹਦੀਆਂ ਇਸ ਵਰਗ ਦੇ ਨਾਲ ਸੰਬੰਧਿਤ ਹਨ। ਅਤੇ ਜਿਹੜਾ ਦੂਸਰਾ ਵਰਗ ਹੈ ਉਹਦੇ ਵਿੱਚ ਭਾਰਤੀ ਚਿੰਤਨ ਅਤੇ ਪੰਜਾਬੀ ਸਾਹਿਤ ਦੇ ਜਿਹੜੇ ਉਹਨਾਂ ਦੇ ਕਮੈਂਟਸ ਆ ਉਹ ਹਿੱਸਾ ਬਣਦੇ ਆ। ਅਤੇ ਇਹਨਾਂ ਦੀ ਜਿਹੜੀ ਅਪਰੋਚ ਆ ਉਹ ਮੋਸਟ ਕ੍ਰਿਟੀਕਲ ਆ ਅਤੇ ਆਲੋਚਨਾਤਮਕ ਆ। ਇਹਦੇ ਵਿੱਚ ਪੂਰਨ ਸਿੰਘ ਐਂਡ ਇਨਫਲੇਮਡ ਹਰਟ ਅਤੇ ਵਿਸ਼ਵ ਚਿੰਤਨ ਅਤੇ ਪੰਜਾਬੀ ਸਾਹਿਤ ਕਿਤਾਬਾਂ ਜਿਹੜੀਆਂ ਇਹਨਾਂ ਨੂੰ ਇਸ ਕੈਟੇਗਰੀ ਵਿੱਚ ਇਨਕਲੂਡ ਕੀਤਾ ਜਾ ਸਕਦਾ। ਜਿਹੜਾ ਤੀਸਰਾ ਵਰਗ ਹੈ ਉਹਨਾਂ ਦੀ ਰਚਨਾਵਾਂ ਦਾ, ਤੀਸਰਾ ਵਰਗ ਕਾਵਿ ਸ਼ਾਸਤਰੀ ਪਰਿਪੇਖਾਂ ਦੇ ਤੁਲਨਾਤਮਕ ਅਧਿਐਨ ਨਾਲ ਸੰਬੰਧਿਤ ਹੈ ਜਿਸ ਵਿੱਚ ਟਰਾਂਸਕਲਚਰਲ ਪੋਇਟਿਕਸ ਨੂੰ ਵਿਚਾਰਿਆ ਜਾ ਸਕਦਾ ਹੈ। ਇਸ ਵਿੱਚ ਲੇਖਕ ਐਜ਼ਰਾ ਪੌਂਡ ਦੀ ਲੰਬੀ ਕਵਿਤਾ ਦੀ ਕੈਂਟੋਸ ਅਤੇ ਗੁਰੂ ਗੋਬਿੰਦ ਸਿੰਘ ਜੀ ਰਚਿਤ ਪਚੱਤਰ ਨਾਟਕ ਦਾ ਕਾਵਿ ਸ਼ਾਸਤਰੀ ਦ੍ਰਿਸ਼ਟੀ ਤੋਂ ਤੁਲਨਾਤਮਕ ਅਧਿਐਨ ਪੇਸ਼ ਕਰਦਾ ਹੈ। ਅਤੇ ਚੌਥਾ ਵਰਗ ਹੈ ਉਹਦੇ ਵਿੱਚ ਪੰਜਾਬ ਜਿਹੜੇ ਪੋਲੀਟੀਕਲ ਇਸ਼ੂਜ ਨੇ, ਜੇਕਰ ਮੈਂ ਜਿਵੇਂ ਹੁਣੇ ਦੱਸਿਆ ਗਿਆ ਕਿ ਜਦੋਂ ਸਿੱਖ ਸਟੇ ਪੰਜਾਬ ਦੀ ਸਟੱਡੀ ਦੇ ਵਿੱਚ ਚਿੰਤਨ ਵਿੱਚ ਦਾਖਲ ਹੁੰਦੇ ਆ ਉਸ ਵੇਲੇ ਪੰਜਾਬ ਇੱਕ ਵੱਡੇ ਸੰਕਟ ਦੇ ਵਿੱਚੋਂ ਲੰਘ ਰਿਹਾ, ਖਾਸ ਤੌਰ 'ਤੇ ਜਿਹੜਾ ਮੂੰਹ ਆਮ ਤੌਰ 'ਤੇ ਮੁਹਾਂਦਾ ਜਿਹੜਾ ਪੋਲੀਟੀਕਲ ਆ। ਸੋ ਉਹਨਾਂ ਦਾ ਉੱਤੇ ਵੀ ਕਮੈਂਟ ਹੈ। ਅਤੇ ਚੌਥਾ ਵਰਗ ਇਸ ਕੈਟੇਗਰੀ ਦਾ ਹੈ, ਚੌਥੇ ਵਰਗ ਵਿੱਚ ਪੰਜਾਬ ਕੌਮੀ ਆਜ਼ਾਦੀਵਾਦ ਅਤੇ ਉਹਨਾਂ ਦੇ ਕੁਝ ਹੋਰ ਲੇਖ ਜੋ ਸਿੱਧੇ ਰੂਪ ਨਾਲ ਪੰਜਾਬ ਦੀ ਰਾਜਨੀਤਿਕ ਹੋਣੀ ਦਾ ਵਿਸ਼ਲੇਸ਼ਣ ਕਰਦੇ ਹਨ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਪੰਜਵਾਂ ਵਰਗ ਸਿੱਖ ਅਧਿਐਨ ਨਾਲ ਸੰਬੰਧਿਤ ਰਚਨਾਵਾਂ ਦਾ ਹੈ। ਇਹ ਰਚਨਾਵਾਂ ਉੱਤਰ ਆਧੁਨਿਕ ਵਿਧੀ ਨੂੰ ਆਧਾਰ ਬਣਾਉਂਦੇ ਹੋਏ ਸਿੱਖੀ ਦੀ ਪੁਨਰ ਵਿਆਖਿਆ ਦਾ ਸੰਕੇਤ ਕਰਦੀਆਂ ਹਨ। ਇਹ ਰਚਨਾਵਾਂ ਪ੍ਰਚਲਿਤ ਬਸਤੀਵਾਦੀ ਪ੍ਰਵਚਨ ਆਧਾਰਿਤ ਸਿੰਘ ਸਭਾਈ ਚਿੰਤਨ ਤੋਂ ਜ਼ਿਕਰ ਯੋਗ ਵਿੱਚ ਪੈਦਾ ਕਰ ਸਿੱਖੀ ਲਈ ਨਵੀਂ ਵਿਆਖਿਆ ਸ਼ਾਸਤਰ ਅਤੇ ਗਿਆਨ ਸ਼ਾਸਤਰ ਦੀਆਂ ਸੰਭਾਵਨਾਵਾਂ ਪੈਦਾ ਕਰਦੀਆਂ ਹਨ। ਇਹਦੇ ਵਿੱਚ ਸਿੱਖੀ ਸਮੈਂਟ ਪੋਸਟ ਮਾਡਲ ਥਾਲ ਦਾ ਸਿੱਖ ਮੈਮਰੀ ਅਤੇ ਸਮਾਧੀ ਪੂੰਜੀ ਜਾਂ ਜਿਹੜੀ ਕਿਤਾਬ ਅਤੇ ਛਾਪੇ ਛਪੀ ਹੈ ਐਸੇ ਜ਼ੋਨ ਸਿੱਖੀਜ਼ਮ ਡਾਕਟਰ ਜਸਵਿੰਦਰ ਸਿੰਘ ਨੇ ਜਿਹੜੀ ਦਿੱਤੀ ਹੈ ਅਤੇ ਉਹ ਇਹਨਾਂ ਨੂੰ ਇੰਕਲੂਡ ਕੀਤਾ ਗਿਆ। ਇਸ ਤੋਂ ਇਲਾਵਾ ਉਹਨੇ ਟਰਾਂਸਲੇਸ਼ਨ ਜਪਜੀ ਦੇ ਉੱਤੇ ਆ ਬਿਸਮਾਰ ਨਾਂ ਦੀ ਉਹਨੇ ਟਰਾਂਸਲੇਸ਼ਨ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਟਰਾਂਸਲੇਸ਼ਨ ਸਟਿਲ ਪੈਂਡਿੰਗ ਹੈ, ਅੰਡਰ ਪਬਲਿਸ਼ਿੰਗ ਹੈ ਅਤੇ ਉਹ ਇਹਦੇ ਵਿੱਚ ਇੰਕਲੂਡ ਕੀਤੀਆਂ ਜਾ ਸਕਦੀਆਂ। ਅਸੀਂ ਆਪਣੇ ਖੋਜ ਪੱਤਰ ਦੀਆਂ ਸੀਮਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਆਖਰੀ ਵਰਗ ਨਾਲ ਸੰਬੰਧਿਤ ਰਚਨਾਵਾਂ ਦੀ ਅਧਿਐਨ ਹੀ ਪੇਸ਼ ਕਰਾਂਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡਾਕਟਰ ਗੁਰਭਗਤ ਸਿੰਘ ਦੀਆਂ ਇਹ ਲਿਖਤਾਂ ਸ਼ੁੱਧ ਅਰਥਾਂ ਵਿੱਚ ਧਰਮ ਸ਼ਾਸਤਰੀ ਸਰੂਪ ਦੀਆਂ ਧਾਰਨੀ ਨਹੀਂ ਹਨ। ਸਮਾਜਿਕ ਰਾਜਨੀਤਿਕ ਸਰੋਕਾਰਾਂ ਦਾ ਦਖਲ ਹਮੇਸ਼ਾ ਆਪਣੀ ਹਾਜ਼ਰੀ ਅਤੇ ਪਕੜ ਬਣਾਈ ਰੱਖਦਾ ਹੈ। ਇੱਕ ਸੀਮਾ ਤੱਕ ਧਰਮ ਸ਼ਾਸਤਰੀ ਸੰਕਲਪਾਂ ਦੀ ਵਿਆਖਿਆ ਸਮਾਜਿਕ ਸਰੋਕਾਰਾਂ ਦੇ ਵਿਸ਼ਲੇਸ਼ਣ ਦੇ ਸਹਾਇਕ ਤੱਕ ਵੀ ਪ੍ਰਤੀਤ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੀਆਂ ਲਿਖਤਾਂ ਵਿੱਚ ਸਿੱਖੀ ਦੀ ਵਿਆਖਿਆ ਰੂਪ ਸੋਰੀ ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਕਿ ਉਹਨਾਂ ਦੀਆਂ ਲਿਖਤਾਂ ਵਿੱਚ ਸਿੱਖੀ ਦੀ ਵਿਆਖਿਆ ਰੂਪ ਜਾਂ ਵਿਧੀ ਪੱਖੋਂ ਉੱਤਰ ਆਧੁਨਿਕ ਸਿਧਾਂਤਕ ਪੈਂਤਰਾ ਅਖਤਿਆਰ ਕਰਦੀ ਹੈ, ਜਦਕਿ ਨਾਮ ਜਾਂ ਵਿਸ਼ੇ ਵੱਖੋਂ ਧਰਮ ਸ਼ਾਸਤਰੀ ਦਰਮਿਆਨ ਜੀਓ ਸੋਸ਼ੀਓਲੋਜੀਕਲ ਨੇਚਰ ਉਹਨਾਂ ਦੀਆਂ ਰਾਈਟਿੰਗਸ ਦੀ ਹੈ। ਡਾਕਟਰ ਗੁਰਭਗਤ ਸਿੰਘ ਦੀਆਂ ਰਚਨਾਵਾਂ ਨੂੰ ਸਮਝਣ ਲਈ ਉੱਤਰ ਆਧੁਨਿਕ ਸਿਧਾਂਤ ਵੀ ਮਹੱਤਵਪੂਰਨ ਸਿਧਾਂਤ ਸਥਾਨ ਰੱਖਦਾ ਹੈ। ਸੋ ਇਸ ਨੂੰ ਸਮਝਣਾ ਵੀ ਜ਼ਰੂਰੀ ਹੈ। ਪੋਸਟ ਮਾਡਰਨ ਥਾਟ ਆ ਬੇਸਿਕਲੀ ਜਿਹੜੀ ਐਨਲਾਈਟਨਮੈਂਟ ਆ ਜਿਹਨੂੰ ਪੁਨਰ ਸੁਰਜੀਤੀ ਦਾ ਵੀ ਨਾਂ ਦਿੱਤਾ ਜਾਂਦਾ ਜਾਂ ਗਿਆਨਵਾਦ ਡਾਕਟਰ ਗੁਰਭਗਤ ਸਿੰਘ ਨੇ ਕਿਹਾ, ਇਹ ਉਹਦੇ ਅਗੇਂਸਟ ਇੱਕ ਪੈਦਾ ਹੋਇਆ ਗਿਆਨ ਦਾ ਸ਼ਾਸਤਰ ਹੈ, ਗਿਆਨ ਦਾ ਇੱਕ ਪ੍ਰਬੰਧ ਹੈ, ਸਿਸਟਮ ਜਿਹੜਾ ਐਨਲਾਈਟਨਮੈਂਟ। ਇਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਸਾਡੀ ਲਾਈਫ ਦੇ ਵਿੱਚ ਮੀਟਰਸ ਬਣੀਆਂ, ਮੈਜ਼ਰਮੈਂਟ ਬਣੀਆਂ, ਉਹਦੇ ਵਿੱਚ ਸਾਨੂੰ ਪਹਿਲਾਂ ਇਹ ਸੀ ਕਿ ਰੈਸ਼ਨੈਲਿਟੀ ਅਲਟੀਮੇਟ ਹੁੰਦੀ ਹੈ, ਹਰ ਗੱਲ ਨੂੰ ਰੈਸ਼ਨੈਲ ਅਤੇ ਤਾਰਕਿਕਤਾ ਦੇ ਨਾਲ ਤਰਕਸ਼ੀਲਤਾ ਨਾਲ ਸਮਝਿਆ ਜਾ ਸਕਦਾ। ਦੂਸਰੀ ਹਿਸਟੋਰੀਸਿਟੀ ਕਿ ਹਰੇਕ ਚੀਜ਼ ਦਾ ਵਿਕਾਸ ਜਿਹੜਾ ਉਹ ਲਾਈਨੀਅਰ ਹੁੰਦਾ, ਇੱਕ ਲਾਈਨ ਦੇ ਵਿੱਚ ਚੀਜ਼ ਚੱਲਦੀ ਹੈ, ਇੱਕ ਟਾਈਮ 'ਤੇ ਬੰਦਾ ਪੈਦਾ ਹੁੰਦਾ, ਇੱਕ ਖਾਸ ਪੁਆਇੰਟ ਦੇ ਉੱਤੇ ਆ ਕੇ ਡੈਥ ਹੁੰਦੀ ਹੈ। ਸਾਰੀ ਸ੍ਰਿਸ਼ਟੀ ਦਾ ਜੋ ਚੱਕਰ ਹੈ ਹੁਣ ਤੱਕ ਵਿਕਾਸ ਇਸੇ ਤਰ੍ਹਾਂ ਚੱਲਦਾ, ਭਾਵ ਲਾਈਨੀਅਰ ਹੈ। ਜਿਹੜੀ ਤੀਸਰੀ ਗੱਲ ਸੀ ਇਹਦੇ ਵਿੱਚ ਇਹ ਸੀ ਕਿ ਨੇਚਰ ਅਲਟੀਮੇਟ ਹੈ, ਜਿਹੜਾ ਨੇਚਰ ਦਾ ਭਾਵ ਮਟੀਰੀਅਲ ਦਾ ਰਿਫਾਈਨ ਅਤੇ ਅਸਥੈਟਿਕ ਰੂਪ ਹੈ ਜਿਹੜੀ ਉਹ ਨੇਚਰ ਹੈ। ਇਸ ਕਰਕੇ ਗਿਆਨ ਦਾ ਅਤੇ ਬੋਡੀ ਨੂੰ ਮਿਲਣ ਵਾਲੀਆਂ ਐਨਰਜੀਜ਼ ਦਾ ਜਿਹੜਾ ਅਲਟੀਮੇਟ ਸਾਧਨ ਹੈ ਉਹ ਨੇਚਰ ਹੈ। ਇਹਦੇ ਵਿੱਚ ਡੀਜ਼ਲ ਪੈਦਾ ਹੋਇਆ,
ਸੋ ਇਹ ਤਿੰਨ ਜਿਹੜੇ ਇਨਲਾਈਟਨਮੈਂਟ ਏਜ ਦੇ ਤਿੰਨ ਪ੍ਰਮੁੱਖ ਸਿਧਾਂਤ ਆ ਤੇ ਪੋਸਟ ਮਾਡਰਨ ਥਾਟ ਇਹਨਾਂ ਦੇ ਅਗੇਂਸਟ ਪ੍ਰਤੀਕਿਰਿਆ ਵਜੋਂ ਕਹਿ ਸਕਦੇ ਹਾਂ ਇਹਦਾ ਪ੍ਰਤੀਕਿਰਿਆਤਮਕ ਪ੍ਰਗਟਾਵਾ ਹੈ। ਵਿਗਿਆਨ ਤੇ ਸੈਕੂਲਰਿਜ਼ਮ ਵੀ ਨਾ ਚੁੱਕਾ ਦੇਵੇ ਇਸੇ ਵਿੱਚੋਂ ਹੀ ਵਿਗਿਆਨ ਤੇ ਸੈਕੂਲਰਿਜ਼ਮ ਨੇ ਧਰਮ ਦੇ ਉਸ ਨਾਲ ਜੁੜੇ ਭਾਵਨਾਤਮਕ ਤੱਥਾਂ ਜਾਂ ਵਿਹਾਰ ਉੱਪਰ ਆਪਣੀ ਪ੍ਰਧਾਨਤਾ ਸਥਾਪਿਤ ਕੀਤੀ। ਇਸੇ ਸਵੈ ਪ੍ਰਮਾਣਿਕ ਵਿਆਪਕਤਾ ਨੂੰ ਗਲੋਬਲਾਈਜੇਸ਼ਨ ਦਾ ਨਾਮ ਦਿੱਤਾ ਜਾਂਦਾ ਹੈ ਜਿਸ ਵਿੱਚ ਪਰ ਵਿਧੀ ਨਾ ਹੋ ਕੇ ਤੱਤ ਬਣ ਜਾਂਦਾ ਹੈ ਭਾਵ ਤੁਹਾਡੀ ਇੰਡੀਪੈਂਡੈਂਟ ਹੋਂਦ ਨਹੀਂ ਰਹਿੰਦੀ ਤੁਹਾਡੇ ਤੇ ਜਜਮੈਂਟਸ ਜਿਹੜਾ ਰਿਫਾਈਂਡ ਮਾਇੰਡ ਜਿਹੜਾ ਆਪਣੇ ਆਪ ਨੂੰ ਮੰਨਦਾ ਜੋ ਅਸੀਂ ਵੈਸਟਰਨ ਜਾਂ ਯੂਰਪੀਅਨ ਮਾਇੰਡ ਕਹਿੰਦੇ ਉਹ ਤੁਹਾਡੇ ਤੇ ਜਜਮੈਂਟਸ ਪਾਸ ਕਰੇਗਾ ਤੁਹਾਡੀ ਆਪਣੇ ਆਪ ਦੇ ਬਾਰੇ ਕੋਈ ਜਜਮੈਂਟਸ ਨਹੀਂ ਹੈਗੀ ਤੁਸੀਂ ਫੈਕਟ ਬਣ ਜਾਂਦੇ ਹੋ ਇੱਕ ਤੱਤ ਡੈਟਾ ਬਣ ਜਾਂਦੇ ਹੋ ਤੱਤ ਬਣ ਜਾਂਦੇ ਹੋ ਤੁਹਾਡੀ ਆਪਣੀ ਮੈਥਡੋਲੋਜੀ ਨਹੀਂ ਹੋ ਸਕਦੀ। ਉਸਦੇ ਕੁਦਰਤੀ ਅੰਤਰੀ ਵੀ ਨੇਮ ਤੇ ਵਿਵਹਾਰ ਦੀ ਉਪਰੇ ਨਿਰਦੇਸ਼ਾਂ ਨਾਲ ਹੀ ਉਲੰਘਣਾ ਕੀਤੀ ਜਾਂਦੀ ਹੈ। ਡਾਕਟਰ ਗੁਰਭਗਤ ਸਿੰਘ ਅਨੁਸਾਰ ਪੂੰਜੀਵਾਦ ਤੇ ਸਮਾਜਵਾਦ ਦੋਨੋਂ ਗਿਆਨਵਾਦ ਚਿੰਤਨ ਦੇ ਉਪਜ ਹਨ ਜੋ ਤਰਕ ਤੇ ਉਚਿਤ ਪੂੰਜੀ ਵਿੱਚ ਯਕੀਨ ਰੱਖਦੇ ਹਨ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਹੁਣ ਪ੍ਰਸ਼ਨ ਇਹ ਕੋਟੇਸ਼ਨ ਲੱਗ ਦੇ ਰਿਹਾ ਹੁਣ ਪ੍ਰਸ਼ਨ ਇਹ ਬਣ ਗਿਆ ਹੈ ਕਿ ਇਹ ਸੱਚ ਕੀ ਹੈ ਝੂਠ ਕੀ ਹੈ ਜਾਂ ਠੀਕ ਕੀ ਹੈ ਗਲਤ ਕੀ ਹੈ ਬਾਰੇ ਨਿਰਣਾ ਕਿਸੇ ਪ੍ਰਾਪਤਿਕ ਵਿਗਿਆਨ ਜਾਂ ਵਿਸ਼ੇਸ਼ ਇਲਾਮ ਉੱਤੇ ਨਹੀਂ ਰਿਹਾ ਸਗੋਂ ਹਰ ਸੱਭਿਆਚਾਰ ਵਿਅਕਤੀ ਜਾਂ ਸਮੂਹ ਦਾ ਮੂਲ ਵਿਧਾਨ ਆਪਣੇ ਇਤਿਹਾਸਿਕ ਅਨੁਭਵ ਅਨੁਸਾਰ ਸਪੇਖ ਤੌਰ ਤੇ ਪ੍ਰਮਾਣਿਕ ਮੰਨ ਲਿਆ ਗਿਆ ਹੈ। ਉੱਤੇ ਪੋਸਟ ਮਾਡਰਨ ਦੀ ਡਿਫਾਈਨ ਕਰਦੇ ਜਾਂ ਡਾਕਟਰ ਸਾਹਿਬ ਉੱਤਰ ਆਧੁਨਿਕਤਾ ਨੇ ਇਤਿਹਾਸ ਨੂੰ ਦੇਖ ਕੇ ਵਿਕਾਸ ਵਾਲੀ ਘਟਨਾ ਨਹੀਂ ਰਹਿਣ ਦਿੱਤਾ ਸਗੋਂ ਇਹ ਵਿਅੰਗਾਤਮਕ ਜਾਂ ਆਇਰੋਨਿਕ ਬਣ ਗਿਆ ਹੈ ਜੋ ਦਿਸਣ ਵਿੱਚ ਹੋ ਰਿਹਾ ਅਤੇ ਸੱਦ ਵਿੱਚ ਹੋ ਅਤੇ ਡਾਕਟਰ ਗੁਰਭਗਤ ਸਿੰਘ ਦਾ ਸਿੱਖ ਸਟੱਡੀਜ਼ ਦੇ ਨਾਲ ਸੰਬੰਧਿਤ ਜਿਹੜੀ ਉਹਨਾਂ ਦੀ ਚਿੰਤਨ ਪ੍ਰਕਿਰਿਆ ਆ ਸਿਰਜਣਾਤਮਕ ਪ੍ਰਕਿਰਿਆ ਆ ਮੈਂ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਹ ਕਿਹੜਾ ਪੜਾਵਾਂ ਦੇ ਰਾਹੀਂ ਨਿਕਲਦੀ ਹੈ ਮੇਰਾ ਲੱਗਿਆ ਕਿ ਉਹਨਾਂ ਦੇ ਚਿੰਤਨ ਪ੍ਰਕਿਰਿਆ ਦੇ ਮੁੱਖ ਰੂਪ ਦੇ ਵਿੱਚ ਤਿੰਨ ਪੜਾਅ ਬਣਦੇ ਆ ਜੇ ਜਿਹੜਾ ਪਹਿਲਾ ਪੜਾਅ ਆ ਉਹਦੇ ਵਿੱਚ ਸੋਸ਼ਲਿਜ਼ਮ ਨਾਲ ਸੰਬੰਧਿਤ ਕਮਿਊਨਿਜ਼ਮ ਨਾਲ ਸੰਬੰਧਿਤ ਕੈਪੀਟਲਿਜ਼ਮ ਨਾਲ ਸੰਬੰਧਿਤ ਪੋਸਟ ਮਾਡਰਨ ਥਾਟ ਜਾਂ ਹੋਰ ਵੀ ਜਿਹੜੀ ਫਿਲੋਸਫੀ ਹੈ ਸੰਸਾਰ ਚੱਲਦੀ ਉਹਦੇ ਨਾਲ ਸੰਬੰਧਿਤ ਜਿੰਨੇ ਵੀ ਗਿਆਨ ਦੇ ਸਿਸਟਮ ਹੋਂਦ ਵਿੱਚ ਆ ਚੁੱਕੇ ਆ ਡਾਕਟਰ ਗੁਰਭਗਤ ਸਿੰਘ ਬਿਨਾਂ ਕਿਸੇ ਮਾਨਸਿਕ ਪੁਲਾਰਾ ਤੋਂ ਜਾਂ ਬਿਨਾਂ ਕੋਈ ਲੋਕਲ ਪੈਨੇਟ੍ਰੇਸ਼ਨਸ ਤੋਂ ਉਸ ਸਿਸਟਮ ਨੂੰ ਸਮਝਣ ਦੀ ਜਿਹੜੇ ਯਤਨਸ਼ੀਲ ਆ ਪਹਿਲਾ ਉਹਨਾਂ ਦਾ ਬੜਾ ਚਿੰਤਨ ਦਾ ਇਹ ਦੂਸਰਾ ਬੜਾ ਉਹ ਇਹਦੇ ਸਿਸਟਮਸ ਤੋਂ ਉਹਨਾਂ ਨੂੰ ਨੌਲੇਜ ਜਿਹੜੀ ਉਹਨਾਂ ਨੇ ਲਈ ਹੈ ਉਹਦਾ ਰਾਬਤਾ ਪੰਜਾਬ ਦੇ ਲੋਕਲ ਇੱਥੋਂ ਦੀ ਜਿਹੜੀ ਟ੍ਰੈਡੀਸ਼ਨਲ ਧਰੁੱਖ ਹੈ ਜਿਹੜਾ ਪੰਜਾਬ ਦਾ ਉਹਦੇ ਨਾਲ ਕ੍ਰੀਏਟ ਕਰਨਾ ਚਾਹੁੰਦੇ ਆ ਉਹਦੇ ਲਈ ਯਤਨਸ਼ੀਲ ਸਾਨੂੰ ਨਜ਼ਰ ਆਉਂਦੇ ਆ। ਜਿਹੜਾ ਤੀਸਰਾ ਪੜਾਅ ਉਹਨਾਂ ਦੇ ਚਿੰਤਨ ਪ੍ਰਕਿਰਿਆ ਦਾ ਉਹਦੇ ਵਿੱਚ ਉਹ ਇਹ ਰਾਬਤਾ ਬਣਾਉਣ ਤੋਂ ਬਾਅਦ ਇੱਥੋਂ ਦੀਆਂ ਆਪਣੀਆਂ ਟ੍ਰੈਡੀਸ਼ਨਲ ਜਿਹੜਾ ਧਰੁੱਖ ਹੈ ਇੱਥੋਂ ਦੇ ਲੋਕਲ ਟ੍ਰੈਡੀਸ਼ਨ ਦਾ ਉਹ ਕਿਸ ਤਰ੍ਹਾਂ ਦਾ ਰੂਪ ਅਖਤਿਆਰ ਕਰਦਾ ਹੈ ਉਹਦੀ ਵਿਕਲਪ ਤਿਆਰ ਕਰਨਾ ਚਾਹੁੰਦੇ ਆ ਤੇ ਖਾਸ ਤੌਰ 'ਤੇ ਜਿਹੜੀ ਬਿਸਮਾਦੀ ਕੁੰਜੀ ਉਹਨਾਂ ਨੇ ਰਚਨਾ ਆ ਉਹਨੂੰ ਇਸ ਸੰਦਰਭ ਵਿੱਚ ਲਿਆ ਜਾ ਸਕਦਾ ਹੈ। ਕੋਈ ਇੱਕ ਵਿਕਲਪ ਇੱਕ ਸਬਸਟੀਚਿਊਟ ਅਲਟਰਨੇਟਿਵ ਦੇਣਾ ਚਾਹੁੰਦੇ ਆ ਕਿ ਸੋਸ਼ਲਿਜ਼ਮ ਅਤੇ ਕੈਪੀਟਲਿਜ਼ਮ ਦੇ ਬਾਅਦ ਜਾਂ ਇਹਦੇ ਪੈਰਲਲ ਸਮਾਨਾਂਤਰ ਹੋਰ ਵੀ ਲੋਕਲ ਟ੍ਰੈਡੀਸ਼ਨ ਦੇ ਆਪਣੇ ਇਕਨੋਮਿਕ ਸੈਟਅਪ ਹੋ ਸਕਦੇ ਆ। ਡਾਕਟਰ ਗੁਰਭਗਤ ਸਿੰਘ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਅਤੇ ਇਹਨਾਂ ਵਿੱਚ ਸੰਮਿਲਿਤ ਚਿੰਨ੍ਹ ਅਤੇ ਸੰਗਮ ਬਹੁਤ ਸ਼ਾਵੀ ਹਨ ਜੋ ਆਪਣੇ ਤੋਂ ਪੂਰਵ ਸੱਭਿਅਤਾਵਾਂ ਤੋਂ ਪ੍ਰਾਪਤ ਅਰਥਾਂ ਨੂੰ ਆਪਣੇ ਵਿੱਚ ਵਿਸ਼ੇਸ਼ ਸਥਾਨ ਦਿੰਦੇ ਹਨ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿਸ਼ੇ ਨਾਲ ਬਿੰਦੂ 'ਤੇ ਸਥਿਤ ਹੋਣ ਦੇ ਬਾਵਜੂਦ ਪਰਾ ਇਤਿਹਾਸਿਕ ਪ੍ਰਕਾਸ਼ ਨੂੰ ਸਥਾਪਿਤ ਕਰਦੇ ਹਨ। ਆਧੁਨਿਕ ਕਾਲ ਦੇ ਸਥਾਪਿਤ ਪ੍ਰਮੁੱਖ ਚਿੰਨ੍ਹ ਪ੍ਰਬੰਧਾਂ ਵਿੱਚ ਮਨ ਅਤੇ ਦੇਹ ਆਪਣੀ ਤਣਾਅ ਵਾਲੀ ਅਵਸਥਾ ਭੋਗ ਰਹੇ ਹਨ। ਇਹ ਡਾਕਟਰ ਅਮਰਜੀਤ ਸਿੰਘ ਦੇ ਪੇਪਰ ਵਿੱਚ ਇਸ ਸੰਬੰਧੀ ਡੈਨਿਸ਼ ਅਤੇ ਅਪੋਲੋ ਦਾ ਰੈਫਰੈਂਸ ਹੈ ਸੀ। ਇਹਨਾਂ ਪ੍ਰਬੰਧਾਂ ਨੇ ਮਨ ਅਤੇ ਦੇਹ ਨੂੰ ਰਾਜਕੀ ਉਦੇਸ਼ਾਂ ਦੇ ਅਨੁਸਾਰੀ ਸੁਭਾਅ ਪ੍ਰਦਾਨ ਕੀਤੇ। ਮਾਨਵੀ ਆਤਮ ਇਕਾਂਗੀ ਹੋ ਪਰ ਨੂੰ ਖਤਮ ਕਰ ਚੁੱਕਾ ਅਦਰ ਖਤਮ ਹੋ ਗਿਆ ਹੁਣ ਸਿਰਫ ਰਹਿ ਚੁੱਕਾ ਅਤੇ ਉਹ ਸੈਲਫ ਵੀ ਇੰਨਾ ਸੈਲਫ ਸੈਂਟਰਡ ਹੋ ਚੁੱਕਾ ਕਿ ਉਹਦੀ ਆਪਣੀ ਹੋਂਦ ਵੀ ਹੁਣ ਗੁਆ ਚੁੱਕੀ ਉਹ ਆਪਣੇ ਬੀਇੰਗ ਦੀ ਤਲਾਸ਼ ਕਰ ਰਿਹਾ ਜਿਵੇਂ ਕਹਿ ਲਈਏ ਕਿ ਜਿਹੜਾ ਉਹ ਸੈਲਫ ਇੰਨਾ ਸੈਲਫ ਸੈਂਟਰਡ ਹੋ ਚੁੱਕਾ ਉਹ ਵੀ ਹੁਣ ਓਬਜੈਕਟ ਬਣ ਗਿਆ ਭਾਵ ਜਿਹੜੀ ਹਿਊਮਨ ਐਗਜਿਸਟੈਂਸ ਆ ਅਸੀਂ ਵੀ ਹੁਣ ਇੱਕ ਓਬਜੈਕਟ ਹੀ ਹਾਂ ਅਸੀਂ ਆਪ ਸਾਡੀ ਆਪਣੀ ਇੱਕ ਸਬਜੈਕਟਿਵਿਟੀ ਜਿਹੜੀ ਆ ਉਹ ਲਗਭਗ ਖਤਮ ਹੋ ਚੁੱਕੀ ਹੈ ਅਤੇ ਜਿਹਨੇ ਸੈਟਅਪ ਚੱਲ ਰਿਹਾ ਇਕਾਨਮੀ ਦੇ ਜਾਂ ਪੋਲੀਟਿਕਸ ਦੇ ਉਹਨਾਂ ਵਿੱਚ ਹਿਊਮਨ ਐਗਜਿਸਟੈਂਸ ਦਾ ਜੋ ਅੱਜ ਕੱਲ੍ਹ ਰੋਲ ਚੱਲ ਰਿਹਾ ਉਹਦੇ 'ਤੇ ਗੱਲ ਨੂੰ ਭਲੀ ਭਾਤ ਸਮਝਿਆ ਜਾ ਸਕਦਾ। ਡਾਕਟਰ ਗੁਰਭਗਤ ਸਿੰਘ ਅਨੁਸਾਰ ਮਾਨਵੀ ਹੋਣ ਦਾ ਇਹੀ ਸਭ ਤੋਂ ਵੱਡਾ ਦੁਕਾਨ ਹੈ ਅੱਗੋਂ ਇਹ ਅਨਾਤਮ ਵੀ ਸਵੈ ਲਈ ਜੂਝ ਰਿਹਾ ਹੈ ਇਸ ਦੇ ਸਵੈ ਦੀ ਤਲਾਸ਼ ਵੱਖ ਵੱਖ ਹੁਣ ਸਵੈ ਜਿਹੜੀ ਬੀਇੰਗ ਦੀ ਹੋਣ ਦੀ ਅੱਗੇ ਤਲਾਸ਼ ਚੱਲ ਰਹੀ ਹੈ ਆਪਣੀ ਲੱਭਣ ਨੂੰ ਹੀ
ਸਾਈਕੋਲੋਜੀਕਲ ਲੈਵਲ ਤੇ ਉਹ ਰੈਸ਼ਨੈਲਿਟੀ ਵੱਲੋਂ ਜ਼ਿਆਦਾ ਉਹਦਾ ਭਲਾ ਹੋਇਆ ਜਾਂ ਹੋਰ ਇਹਦੇ ਵਿੱਚ ਸਿਸਟਮ ਪੈਦਾ ਕਰਨ ਦੀ ਉਹਦੀ ਆਦਤ ਬਣ ਰਹੀ ਹੈ ਤੇ ਜਸਟੀਸ਼ਨ ਲੈਵਲ ਤੇ ਉਹ ਜਿਹੜਾ ਕੰਜ਼ਿਊਮਰਿਜ਼ ਦਾ ਵੱਡਾ ਸੱਭਿਆਚਾਰ ਚੱਲ ਰਿਹਾ ਉਪਭੋਗਤਾਵਾਦ ਦੇ ਪ੍ਰਬੰਧ ਦਾ ਉਹਦੇ ਵਿੱਚੋਂ ਆਪਣੇ ਸਰੀਰ ਨੂੰ ਪਦਾਰਥ ਵਿੱਚੋਂ ਆਪਣੇ ਸਰੀਰ ਨੂੰ ਰਸ ਦੇ ਕੇ ਆਪਣੀ ਹੋਂਦ ਨੂੰ ਸਟੈਬਲਿਸ਼ ਕਰਨਾ ਚਾਹ ਰਹੇ ਹਾਂ ਇਹ ਬੇਸਿਕਲੀ ਬੰਦੇ ਜਿਹੜਾ ਖੰਡਿਤ ਆਤਮਾ ਡਾਕਟਰ ਗੁਰਪ੍ਰੀਤ ਸਿੰਘ ਕਹਿੰਦੇ ਉਹਦੀ ਨਿਸ਼ਾਨੀ ਹੈ ਅੱਜ ਦੇ ਯੁੱਗ ਦਾ ਇਹ ਵਿਚਲਿਤ ਸਵੈ ਹੀ ਖੰਡਿਤ ਅਨਾਦਮ ਹੈ ਇਹ ਪਰਮ ਨੂੰ ਨਕਾਰਨ ਤੇ ਸਵੈ ਕੇਂਦਰੀਕਰਨ ਦੀ ਅਧਿਕਤਾ ਦਾ ਸਿੱਟਾ ਹੈ ਜਿਸ ਵਿੱਚ ਮਨ ਤੇ ਦੇਹ ਅਸੰਤੁਲਿਤ ਕਾਰਜਾਤਮਿਕਤਾ ਦਾ ਪ੍ਰਗਟਾਵਾ ਕਰਦੇ ਹਨ ਪਰ ਇਸ ਅਨਾਤਮ ਲਈ ਖਿਣ ਪਲ ਦਾ ਅਨੁਭਵ ਬਣ ਚੁੱਕਾ ਹੈ ਸਾਡੇ ਲਈ ਅਦਰ ਇੰਨਾ ਨਹੀਂ ਹੈ ਅਸੀਂ ਸੜਕ ਤੇ ਲੰਘਦੇ ਹਾਂ ਜਾਂ ਆਪਣੀ ਡੇਲੀ ਲਾਈਫ ਦੇ ਵਿੱਚ ਜਿਹੜੀਆਂ ਗੱਲਾਂ ਕਰਦੇ ਹਾਂ ਸਾਡਾ ਰਿਲੇਸ਼ਨ ਹੁਣ ਸਿਰਫ ਇੱਕ ਛੋਟੇ ਜਿਹੇ ਖਿਣਾਂ ਦੇ ਵਿੱਚ ਬਦਲ ਚੁੱਕਾ ਦੂਜੇ ਦੇ ਨਾਲ ਜੇ ਮੈਂ ਥੋੜ੍ਹਾ ਖੁੱਲ੍ਹ ਕੇ ਇਹਨੂੰ ਗੱਲ ਨੂੰ ਆਪਣੀ ਗੱਲ ਫਰੈਂਕਲੀ ਕਰਨੀ ਹੋਵੇ ਜਿਵੇਂ ਸਾਡੇ ਬਜ਼ੁਰਗਾਂ ਦਾ ਜੋ ਸਾਡਾ ਸੁਭਾਅ ਆ ਸਾਡੇ ਘਰਾਂ ਦੇ ਵਿੱਚ ਜੋ ਸਾਡਾ ਸੁਭਾਅ ਆ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਉਹਨਾਂ ਲਈ ਆਇਆ ਗਿਆ ਗੈਸਟ ਪਰ ਉਹ ਆਇਆ ਗਿਆ ਪ੍ਰਾਹੁਣਾ ਬੱਸ ਵਿੱਚ ਤੁਰਦਾ ਫਿਰਦਾ ਕੋਈ ਸਫ਼ਰ ਦਾ ਜਾਤੂ ਉਹਨਾਂ ਲਈ ਉਨਾ ਸਧਾਰਨ ਨਹੀਂ ਹੈਗਾ ਕਿ ਉਹਦੇ ਨਾਲ ਗੱਲ ਕਰਨਗੇ ਉਹਦੇ ਨਾਲ ਕਿਵੇਂ ਜ਼ਿਆਦਾ ਗੱਲ ਕਰਨਗੇ ਰਿਸ਼ਤੇਦਾਰੀ ਤਾਂ ਕਰ ਲੈਣਗੇ ਲੇਕਿਨ ਸਾਡਾ ਸੁਭਾਅ ਜੇ ਸਾਇਲੈਂਟ ਅਸੀਂ ਨਵੀਂ ਚੂਥ ਆ ਇਹਦੇ ਵਿੱਚ ਅਸੀਂ ਬਿਲਕੁਲ ਇੱਕ ਚੁੱਪ ਸਾਇਲੈਂਟ ਜਾਂ ਇੱਕ ਸੈਲਫ ਸੈਂਟਰਡ ਜੇ ਸਾਡੀ ਆਪਣੀ ਕੋਈ ਸਬਜੈਕਟਿਵਿਟੀ ਬਣਾ ਕੇ ਉਹਦੇ ਵਿੱਚ ਰੁੱਝੇ ਰਹਿੰਦੇ ਹਾਂ ਅਸੀਂ ਤੁਸੀਂ ਇਹ ਇੱਧਰ ਡਾਕਟਰ ਸਾਹਿਬ ਇੱਧਰ ਨੂੰ ਇਸ਼ਾਰਾ ਕਰ ਰਹੇ ਹਾਂ ਸਿੱਖੀ ਨੇ ਮਨ ਅਤੇ ਦੇਹ ਦੇ ਸਦਵੰਧ ਆਤਮਕ ਤਣਾਅ ਤੋਂ ਮੁਕਤ ਹਸਤੀ ਨੂੰ ਗੁਰਮੁਖ ਦੀ ਸੰਗਿਆ ਦਿੱਤੀ ਹੈ ਖੰਡਿਤ ਸਵੈ ਦੀ ਸਮੱਸਿਆ ਉਸਦਾ ਇਕਾਂਗੀ ਪ੍ਰਧਾਨਤਾ ਦਾ ਦਾਅਵਾ ਹੈ ਇਹੀ ਅਹੰ ਦਮਨਕਾਰੀ ਚਿੰਤਨ ਤੇ ਪ੍ਰਣਾਲੀਆਂ ਦੀ ਸਿਰਜਣਾ ਕਰਦਾ ਹੈ ਗੁਰਮੁਖ ਮੂਲ ਰੂਪ ਵਿੱਚ ਰਸਿਕਤਾ ਤੇ ਵੈਰਾਗ ਦੋਵਾਂ ਦਾ ਧਾਰਨੀ ਹੈ ਡਾਕਟਰ ਗੁਰਭਗਤ ਸਿੰਘ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਮਨ ਅਤੇ ਦੇਹ ਦੀ ਪੁਨਰ ਸੁਰਜੀਤੀ ਪ੍ਰਤੀ ਪੂਰੀ ਗੰਭੀਰਤਾ ਨਾਲ ਸੁਚੇਤ ਸਨ ਉਹਨਾਂ ਦੁਆਰਾ ਵਰਤਿਆ ਸਹਿਜ ਦਾ ਸੰਕਲਪ ਬੋਧੀਆਂ ਦੇ ਸਹਿਜਾਂ ਦੇ ਫਿਰਕੇ ਨਾਲ ਸੰਬੰਧਿਤ ਹੈ ਗੁਰਮੁਖ ਲਈ ਦੁਲਹਨ ਦਾ ਰੂਪਕ ਦੇਹ ਸ਼ਾਸਤਰ ਨਾਲ ਪ੍ਰਣਾਲੀ ਅਤੇ ਤੰਤਰਿਕ ਪ੍ਰਬੰਧਾਂ ਨੂੰ ਇਕੱਠੇ ਸਮੋਈ ਬੈਠਾ ਹੈ ਇਹ ਮਲਟੀਲੋਜੀਕਲ ਮੈਟਾਫਰ ਉਹਨਾਂ ਦੀ ਆਪਣੀ ਟਰਮ ਹੈ ਡਾਕਟਰ ਸਾਹਿਬ ਦੀ ਜੋ ਸਿਰਫ ਸੰਵਾਦੀ ਹੀ ਨਹੀਂ ਬਲਕਿ ਅਨੇਕ ਸੰਵਾਦੀ ਹੈ ਸੋ ਨਵੇਂ ਮਨ ਅਤੇ ਦੇਹ ਦੀ ਲਈ ਨਵੇਂ ਪਾਠ ਦੀ ਰਚਨਾ ਕੀਤੀ ਗਈ ਉਹ ਲਿਖਦੇ ਹਨ ਨਵਾਂ ਮਨੁੱਖ ਰਚਣ ਲਈ ਕੇਵਲ ਸਮਾਜਿਕ ਅਤੇ ਰਾਜਨੀਤਿਕ ਜਾਂ ਆਰਥਿਕ ਢਾਂਚੇ ਬਦਲਣੇ ਹੀ ਕਾਫੀ ਨਹੀਂ ਹੁੰਦੇ ਜਿਵੇਂ ਕਿ ਰੂਸ ਵਿੱਚ ਸਮਾਜਵਾਦੀ ਕ੍ਰਾਂਤੀ ਦੀ ਅਸਫਲਤਾ ਨੇ ਸਿੱਧ ਕਰ ਦਿੱਤਾ ਹੈ ਸਗੋਂ ਇਸ ਲਈ ਮਨੁੱਖ ਨੂੰ ਅੰਦਰੋਂ ਬਦਲਣ ਲਈ ਕੁਝ ਨਵੇਂ ਪਰਮਚਿੰਨ ਵੀ ਸਿਰਜਣੇ ਪੈਂਦੇ ਹਨ ਗੁਰਭਗਤ ਸਿੰਘ ਦਾ ਮੰਨਣਾ ਹੈ ਕਿ ਗੁਰੂ ਸਾਹਿਬਾਨ ਨੇ ਸੁਚੇਤ ਰੂਪ ਨਾਲ ਅਕਾਲ ਪੁਰਖ ਜਾਂ ਵਾਹਿਗੁਰੂ ਦੇ ਬਹੁ ਅਰਥੀ ਦੇ ਬਹੁਤ ਦਿਸ਼ਾਵੀ ਚਿੰਨ੍ਹ ਸਾਂਝੇ ਹਨ ਇਸ ਪੱਖੋਂ ਉਹਨਾਂ ਲਈ ਜਾਪ ਸਾਹਿਬ ਬਹੁਤ ਹੀ ਰਹੱਸਮਈ ਪਾਠ ਹੈ ਤੇ ਡਾਕਟਰ ਗੁਰਭਗਤ ਸਿੰਘ ਦਾ ਮੰਨਣਾ ਜਿਵੇਂ ਜਾਪ ਸਾਹਿਬ ਦੇ ਵਿੱਚ ਉਹਨਾਂ ਜੋਗੀ ਸਿਮਰੰਗ ਭਾਵ ਯੋਗ ਦੀ ਜਿਹੜੀ ਭਾਰਤ ਵਿੱਚ ਬਹੁਤ ਅਸਟੈਬਲਿਸ਼ਡ ਪਰੰਪਰਾ ਰਹੀ ਹੈ ਗਿਆਨ ਪ੍ਰਣਾਲੀ ਵੀ ਰਹੀ ਹੈ ਅਤੇ ਵਿਵਹਾਰਕ ਪੱਧਰ 'ਤੇ ਵੀ ਉਹਦਾ ਬਹੁਤ ਕੰਟਰੀਬਿਊਸ਼ਨ ਹੈ ਜੋਗੇਸ਼ਰਨ ਉਸ ਟ੍ਰੈਡੀਸ਼ਨ ਨੂੰ ਰਿਪ੍ਰਜੈਂਟ ਕਰ ਰਿਹਾ ਦਸਵੀਂ ਗ੍ਰੰਥ ਦੇ ਵਿੱਚ ਆ ਕੇ ਜਾਂ ਓਵਰਆਲ ਸਿੱਖ ਟ੍ਰੈਡੀਸ਼ਨ ਦੇ ਵਿੱਚ ਆ ਕੇ ਦੂਸਰਾ ਨਵੋਂ ਤੰਤਰ ਤੰਤਰੇ ਇਹ ਤੰਤਰਕ ਸਿਸਟਮਸ ਆ ਨਵੋਂ ਪਰਮ ਸਿੱਧੇ ਇਹ ਜਿਹੜੀਆਂ ਬੁੱਧ ਦੀ ਸ਼ੂਨਿਆ ਦਾ ਐਕਸਪੀਰੀਅੰਸ ਆ ਉਹ ਇਹਦੇ ਰਾਹੀਂ ਆ ਰਿਹਾ ਜਾਂ ਹੀਮ ਕ੍ਰੀਮ ਜਿਹੜੇ ਸ਼ਬਦ ਆ ਰਿਹਾ ਸੋ ਕਹਿੰਦੇ ਭਾਵ ਡਾਕਟਰ ਸਾਹਿਬ ਦੀ ਨਿਗਾਹ ਦੇ ਵਿੱਚ ਜਿਹੜੀ ਜਾਪ ਸਾਹਿਬ ਦੀ ਜਾਂ ਸਾਡੀ ਗੁਰਬਾਣੀ ਵਿੱਚ ਵਰਤੀ ਜਾਣ ਵਾਲੀ ਟਰਮੀਨੋਲੋਜੀ ਆ ਇਹ ਉਸ ਤਰ੍ਹਾਂ ਆਪਣੀ ਸਧਾਰਨਤਾ ਨਾਲ ਨਹੀਂ ਅੱਖਾਂ ਦੇ ਅੱਗੋਂ ਨਿਕਲ ਜਾਂਦੀ ਉਹ ਹਰ ਚੀਜ਼ 'ਤੇ ਟਿਕਦੇ ਆ ਖੜਦੇ ਆ ਸਹਿਜ ਨਾਲ ਸੋਚਦੇ ਆ ਅਤੇ ਉਹਨੂੰ ਚੁਰਾਈ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਇੱਕ ਤਰ੍ਹਾਂ ਦਾ ਇਹ ਇਨਸਾਈਟ ਗੁਰਬਾਣੀ ਵਿੱਚੋਂ ਲੈ ਰਿਹਾ ਲੇਕਿਨ ਇਹਦੇ ਲਈ ਜਿਹੜਾ ਇੱਕ ਵਿਧੀ ਦਾ ਸਹਾਰਾ ਲਿਆ ਜਾ ਰਿਹਾ ਉਹ ਪੋਸਟ ਮਾਡਰਨ ਵਿਧੀ ਗੁਰੂ ਸਾਹਿਬ ਦੁਆਰਾ ਇਹਨਾਂ ਦਾ ਪ੍ਰਯੋਗ ਮਨੁੱਖਤਾ ਦੇ ਇਤਿਹਾਸ ਵਿੱਚ ਹੋਏ ਗੌਰਵਸ਼ੀਲ ਤਜਰਬਿਆਂ ਅਨੁਭਵਾਂ ਨੂੰ ਆਦਰ ਦੇਣ ਦੀ ਵਿਧੀ ਹੈ ਸਾਨੂੰ ਇਸ ਗੱਲ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ ਕਿ ਗੁਰਭਗਤ ਸਿੰਘ ਦੇ ਆਤਮੇ ਕਿਰਪਾ ਜੋ ਗੁਰਭਗਤ ਸਿੰਘ ਜੀ ਗੱਲ ਕਹਿ ਰਹੇ ਨਾ ਕਿ ਗੁਰੂ ਸਾਹਿਬ ਜਿਹੜੇ ਵਿਸ਼ਵ ਦੇ ਵਿੱਚ ਵਿਸ਼ਵ ਦੀਆਂ ਗਿਆਨ ਪਰੰਪਰਾਵਾਂ ਦੇ ਵਿੱਚ ਜਿਹੜੇ ਤਜਰਬੇ ਹੋਏ ਆ ਜਿਹਨਾਂ ਚੋਂ ਪਰੰਪਰਾਵਾਂ ਨੂੰ ਮਾਣ ਗੁਰੂ ਸਾਹਿਬ ਉਹਨਾਂ ਪਰੰਪਰਾਵਾਂ ਨੂੰ ਰਿਪ੍ਰਜੈਂਟੇਸ਼ਨ ਦੇ ਕੇ ਉਹਨਾਂ ਦਾ ਆਦਰ ਕਰ ਰਹੇ ਇਹ ਆਦਰ ਸਾਡੇ ਵਰਗਾ ਐਥੀਕਲ ਲੈਵਲ ਦਾ ਆਦਰ ਨਹੀਂ ਹੈਗਾ ਜਿਹਦੇ ਵਿੱਚ ਦੂਜੇ ਨੂੰ ਸਿਰਫ ਇੱਕ ਥੋੜ੍ਹਾ ਓਬਜੈਕਟ ਉਹ ਪਰ ਹੀ ਰਹਿੰਦਾ ਉਹਦੇ ਵਿੱਚ ਜਿਹਦੇ ਵਿੱਚ ਅਸੀਂ ਐਥਿਕਸ ਬਣਾਏ ਆ ਉਹਦੇ ਵਿੱਚ ਆਦਰ ਹੀ ਰਹਿੰਦਾ ਉਹ ਸਾਡੀ ਸਬਜੈਕਟਿਵਿਟੀ ਦੇ ਵਿੱਚ ਸਬਜੈਕਟਿਵਿਟੀ ਸ਼ੇਅਰ ਨਹੀਂ ਕਰ ਸਕਦਾ ਸਾਡੀ ਸਬਜੈਕਟਿਵਿਟੀ ਹਿੱਸਾ ਨਹੀਂ ਬਣਦਾ ਗੁਰਭਗਤ ਸਿੰਘ ਦੇ ਆਦਰ ਦਾ ਭਾਵ ਭਾਵੁਕਤਾ ਭਰਪੂਰ ਸਦਭਾਵਨਾ ਜਾਂ ਨੈਤਿਕਤਾ ਦੇ ਪੱਧਰ 'ਤੇ ਨੇੜਤਾ ਪੈਦਾ ਕਰਨਾ ਨਹੀਂ ਬਲਕਿ ਮਲਟੀ ਪੈਰਾਡਿਗਮੈਟਿਕ ਹੋਣ ਤੋਂ ਭਾਵ ਸਵੈ ਨੂੰ ਹੋਰ ਦ੍ਰਿਸ਼ਟੀਆਂ ਵਿੱਚੋਂ ਖੁਦ ਨੂੰ ਲੁਕਾਉਣਾ ਵੀ ਹੈ ਭਾਵ ਜੇ ਦੂਸਰੀਆਂ ਸਿਸਟਮਸ ਦੇ ਅਸੀਂ ਸ਼ਬਦ ਲੈ ਟਰਮੀਨੋਲੋਜੀ ਲਈ ਹੈ ਇਹ ਸਿਰਫ ਇੱਕ ਜਿਵੇਂ ਅੱਜ ਕੱਲ੍ਹ
ਚੱਲਦਾ ਅਤੇ ਅੰਤਰ ਧਰਮ ਸੰਵਾਦ ਇੱਕ ਆਮ ਤੌਰ 'ਤੇ ਡਿਸਿਪਲਨ ਬਣ ਚੁੱਕਾ ਕਿ ਯੂਨੀਵਰਸਿਟੀਆਂ ਦੇ ਵਿੱਚ ਇੱਕ ਸਟਰੈਟੇਜੀ ਹੈ ਜਿਹਦੇ ਵਿੱਚ ਦੂਜੇ ਨੂੰ ਨੇੜੇ ਹੋ ਕੇ ਸਮਝਣ ਸਮਝਾਉਣ ਦਾ ਯਤਨ। ਗੁਰੂ ਭਗਤ ਸਿੰਘ ਕਹਿੰਦੇ ਆ ਕਿ ਗੁਰਬਾਣੀ ਜਦੋਂ ਇਹਨਾਂ ਸ਼ਬਦਾਂ ਨੂੰ ਯੂਜ਼ ਕਰ ਰਹੇ ਆ ਉਹ ਸਿਰਫ ਇੱਕ ਅੰਤਰ ਧਰਮ ਸੰਵਾਦ ਹੀ ਨਹੀਂ ਹੈਗੀ, ਉਹਨਾਂ ਨੂੰ ਇੱਕ ਸਮਝਣ ਸਮਝਾਉਣ ਦਾ ਯਤਨ ਨਹੀਂ ਹੈਗਾ, ਬਲਕਿ ਗੁਰੂ ਸਾਹਿਬ ਖੁਦ ਵੀ ਉਹ ਐਕਸਪੀਰੀਅੰਸ ਦੇ ਵਿੱਚੋਂ ਸਿੱਖ ਨੂੰ ਲਗਾਉਣਾ ਚਾਹੁੰਦੇ ਆ ਜਿਹੜਾ ਸਿੱਖ ਸਬਜੈਕਟ ਆ ਜਾਂ ਜਿਹੜਾ ਗੁਰਮੁਖ ਹੈ। ਸੋ ਇਸ ਕਰਕੇ ਸਿੱਖ ਦਾ ਦੂਸਰੀਆਂ ਟ੍ਰੈਡੀਸ਼ਨ ਦੇ ਨਾਲ ਜਿਹੜਾ ਰਾਬਤਾ ਇੱਕ ਐਥੀਕਲ ਲੈਵਲ ਦਾ ਨਹੀਂ, ਸਮਝਣ ਸਮਝਾਉਣ ਦੇ ਯਤਨ ਤੱਕ ਸੀਮਤ ਨੇ, ਬਲਕਿ ਆਪਣੇ ਆਪ ਨੂੰ ਉਹਨਾਂ ਵਿੱਚੋਂ ਵੀ ਲੰਘਾਉਣਾ ਹੈ। ਜੇ ਤੰਤਰ ਆ ਰਿਹਾ, ਯੋਗ ਆ ਰਿਹਾ, ਬੁੱਧ ਦੀ ਸ਼ੂਨਿਆ ਆ ਰਹੀ ਹੈ, ਤਾਂ ਸਿੱਖ ਨੇ ਇਹਨਾਂ ਦੇ ਵਿੱਚੋਂ ਆਪਣੇ ਆਪ ਦੇ ਐਕਸਪੀਰੀਅੰਸ ਨੂੰ ਵੀ ਲਗਾ ਕੇ ਦੇਣਾ। ਅਸੀਂ ਇਸ ਨੂੰ ਦਾਰਸ਼ਨਿਕ ਭਾਸ਼ਾ ਵਿੱਚ ਟ੍ਰਾਂਸਪੇਰੈਂਟ ਮੈਟਾਫਿਜ਼ਿਕਸ ਦੀ ਸੰਗਿਆ ਵੀ ਦੇ ਸਕਦੇ ਹਾਂ। ਇਹ ਡੀ ਅਦਰਿੰਗ ਦੀ ਕਦਰ ਹੈ। ਇਹ ਮਾਨਵੀ ਨੈਤਿਕਤਾ ਜੋ ਪੈਦਾ ਹੋਏ ਅੰਤਰ ਧਰਮ ਸੰਵਾਦ ਵਰਗੀ ਨੀਤੀ ਨਹੀਂ, ਬਲਕਿ ਸਵੈ ਨੂੰ ਤਿਆਗਦੇ ਹੋਏ ਅਦਰ ਵਿੱਚ ਜਿਉਣਾ ਵੀ ਹੈ। ਇਹ ਗਿਆਨਾਤਮਕ ਬਹੁਲਵਾਦ ਹੈ। ਸਿੱਖ ਅਧਿਐਨ ਦੇ ਸੰਦਰਭ ਵਿੱਚ ਡਾਕਟਰ ਗੁਰੂ ਭਗਤ ਸਿੰਘ ਚਿੰਤਨ ਦੀ ਹੋਰ ਵਿਸ਼ੇਸ਼ਤਾ ਗੁਰੂ ਗ੍ਰੰਥ ਅਤੇ ਦਸਮ ਗ੍ਰੰਥ ਦੀ ਦਾਰਸ਼ਨਿਕ ਪੱਧਰ 'ਤੇ ਇੱਕ ਸੁਰਤਾ ਮੰਨਣਾ ਹੈ। ਉਹ ਦਸਮ ਗ੍ਰੰਥ ਨਾਲ ਜੁੜੇ ਵਿਵਾਦਾਂ ਨਾਲੋਂ ਉਸਦੇ ਗਿਆਨ ਸ਼ਾਸਤਰੀ ਅਰਥਾਂ ਵੱਲ ਵਧੇਰੇ ਰੁਚਿਤ ਹਨ। ਉਸਨੂੰ ਇਹ ਗ੍ਰੰਥ ਗ੍ਰੀਕ ਗੀਤ ਪ੍ਰੀਤ ਖੜਗਧਾਰੀ ਆਦਿ ਮਾਨਵੀ ਪ੍ਰਵਿਰਤੀਆਂ ਨੂੰ ਸ਼ਬਦ ਦੀ ਨੇੜਤਾ ਵਿੱਚ ਲਿਆਉਂਦਾ ਪ੍ਰਤੀਤ ਹੁੰਦਾ ਹੈ। ਉਹ ਸੰਸਾਰ ਦਸਮ ਗ੍ਰੰਥ ਰਾਹੀਂ ਸ਼ਸਤਰ ਸ਼ਬਦ ਨਾਲ ਜੁੜਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਗੁਰੂ ਭਗਤ ਸਿੰਘ ਸਾਂਗ ਤੰਤਰ ਲੋਕਾਇਤ ਆਦਿ ਪਰੰਪਰਾਵਾਂ ਨੂੰ ਦਸਮ ਗ੍ਰੰਥ ਰਾਹੀਂ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ ਰਿਹਾ ਦੇਖ ਰਿਹਾ ਹੈ, ਭਾਵੇਂ ਇਹ ਸਰਵਾਂਗੀ ਅਭਿਆਸ ਸੰਵਾਦੀ ਹੋਣ ਦੇ ਨਾਲ ਨਾਲ ਆਲੋਚਨਾਤਮਕ ਵੀ ਹੈ। ਕਹਿਣ ਤੋਂ ਭਾਵੇ ਕਿ ਗੁਰੂ ਭਗਤ ਸਿੰਘ ਨੂੰ ਦੇਹ ਨਾਲ ਜੁੜੇ ਵਰਤਾਰਿਆਂ ਦੀ ਦਿਵਤਾ ਦਾ ਜੋੜ ਸਿੱਖੀ ਦਾ ਦਾਇਤਵ ਪ੍ਰਤੀਤ ਹੁੰਦਾ ਹੈ। ਇਸ ਕਰਕੇ ਉਹ ਸਰਦਾਰ ਕਪੂਰ ਸਿੰਘ ਅਤੇ ਉਹਨੇ ਕਪੂਰ ਸਿੰਘ ਦਾ ਵੀ ਸਦਾ ਕਮੈਂਟ ਉਹਨਾਂ ਦਾ, ਕਪੂਰ ਸਿੰਘ ਇੱਕ ਜਗ੍ਹਾ ਕਹਿੰਦੇ ਆ ਕਿ ਜਿਹੜਾ ਸਿੱਖ ਆ ਜਿਹੜੀ ਸਿੱਖ ਦੀ ਬੋਡੀ ਆ ਅਤੇ ਪਾਰਥੋਜੈਨਿਕ ਪਾਰਥੋਜੈਨੇਟਿਕ ਤੋਂ ਭਾਵ ਹੈ ਕਿ ਫਿਜੀਕਲ ਰਿਲੇਸ਼ਨਸ ਅਤੇ ਹਿਸਟੋਰੀਕਲ ਲਾਈਨ ਜਾਂ ਹਿਸਟੋਰੀਕਲ ਡਿਵੈਲਪਮੈਂਟ ਇਹਨਾਂ ਦੋਵਾਂ ਤੋਂ ਬਾਹਰ ਆ। ਗੁਰੂ ਭਗਤ ਸਿੰਘ ਕਪੂਰ ਸਿੰਘ ਉਹਨਾਂ 'ਤੇ ਕਮੈਂਟ ਕਰਦੇ ਆ ਕਿ ਜੇਕਰ ਇਹਨੂੰ ਪਾਰਥੋਜੈਨਿਕ ਸਿੱਖ ਬੋਡੀ ਨੂੰ ਜੇਕਰ ਜਾਂ ਸਿੱਖ ਸਬਜੈਕਟ ਨੂੰ ਜੇਕਰ ਪਾਰਥੋਜੈਨੇਟਿਕ ਮੰਨਿਆ ਜਾਵੇ ਤਾਂ ਇਹ ਦਿਵਤਾ ਅਤੇ ਦੇਹ ਇਹਨਾਂ ਦੋਹਾਂ ਦੇ ਵਿਚਕਾਰ ਇੱਕ ਦਵੰਧ ਬਣ ਜਾਂਦਾ ਹੈ। ਸੋ ਜਾਣਾ ਕਿ ਸਿੱਖੀ ਗੁਰੂ ਭਗਤ ਸਿੰਘ ਦੇ ਅਨੁਸਾਰ ਜਿਹੜੀ ਸਿੱਖੀ ਹੈ ਉਹ ਦੇਹ ਅਤੇ ਦਿਵਤਾ ਇਹਨਾਂ ਦੋਹਾਂ ਦੇ ਰਿਲੇਸ਼ਨਸ ਨੂੰ ਸਟੈਬਲਿਸ਼ ਕਰਨ ਵਾਲੀ ਹੈ। ਇਸ ਕਰਕੇ ਉਹ ਕਹਿੰਦੇ ਆ ਕਿ ਇਹਨੂੰ ਪਾਰਥੋਜੈਨੇਟਿਕ ਨਹੀਂ ਕਹਿਣਾ ਚਾਹੀਦਾ ਤੇ ਪੋਲੀਜੈਨੇਟਿਕ ਕਹਿੰਦੇ ਆ ਕਿ ਪੋਲੀਜੈਨੇਟਿਕ। ਪਦਾਰਥਕ ਪੱਧਰ ਦੇ ਪਰਿਵਰਤਨ ਲਿਆਉਣ ਵਿੱਚ ਇਹਨਾਂ ਸ਼ਕਤੀਆਂ ਦੀ ਵਡੇਰੀ ਭੂਮਿਕਾ ਰਹੀ ਹੈ। ਸਿਰਜਣਾ ਦੀਆਂ ਨਵੀਆਂ ਦ੍ਰਿਸ਼ਟੀਆਂ ਅਤੇ ਮੰਡਲਾਂ ਦਾ ਵਜੂਦ ਇਹਨਾਂ ਸ਼ਕਤੀਆਂ ਉੱਪਰ ਹੀ ਆਧਾਰਿਤ ਹੈ। ਸੋ ਉਹਨਾਂ ਅਨੁਸਾਰ ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਨੂੰ ਦਵੰਦਾਤਮਕ ਸੰਬੰਧਾਂ ਰਾਹੀਂ ਨਹੀਂ ਸਮਝਿਆ ਜਾ ਸਕਦਾ। ਡਾਕਟਰ ਗੁਰੂ ਭਗਤ ਸਿੰਘ ਚਿੰਤਨ ਦੀ ਹੋਰ ਵਿਸ਼ੇਸ਼ਤਾ ਪੰਜਾਬੀ ਚਿੰਤਨ ਅਤੇ ਸਿੱਖ ਅਧਿਐਨ ਨੂੰ ਆਪਣੀਆਂ ਮੌਲਿਕ ਸਿਰਜਣਾਵਾਂ ਦੀ ਉਸਾਰੀ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਦੁਆਰਾ ਰਚਿਤ ਬਿਸਮਾਦੀ ਪੂਨੀ ਸਿੱਖ ਅਧਿਐਨ ਅਤੇ ਪੰਜਾਬੀ ਚਿੰਤਨ ਦੀ ਵਰਣੀ ਯੋਗ ਪ੍ਰਾਪਤੀ ਹੈ ਜੋ ਵਿਸ਼ਵ ਸਿਰਜਣਾਵਾਂ ਦੇ ਸਮਾਨਾਂਤਰ ਪੰਜਾਬ ਦੀਆਂ ਪਰੰਪਰਾਵਾਂ ਤੋਂ ਵਿਕਸਿਤ ਬਿਸਮਾਦੀ ਮਾਡਲ ਨੂੰ ਸਾਹਮਣੇ ਲਿਆਉਂਦਾ ਹੈ। ਇਸ ਵਿਕਾਸ ਆਧਾਰਿਤ ਮਾਡਲ ਦਾ ਪ੍ਰਮੁੱਖ ਚਿੰਨ੍ਹ ਵਾਹਿਗੁਰੂ ਹੈ ਜਿਸ ਦਾ ਵਿਸਥਾਰ ਅਰਬੀ ਅਤੇ ਸੰਸਕ੍ਰਿਤ ਦੀਆਂ ਸਭਿਅਤਾਵਾਂ ਦੀਆਂ ਅੰਤਰਦ੍ਰਿਸ਼ਟੀਆਂ ਦੀ ਸਹਾਇਤਾ ਨਾਲ ਕੀਤਾ ਗਿਆ ਹੈ। ਇਹ ਬਿਸਮਾਦੀ ਸਿਰਜਣਾ ਵਿਚਿੱਤਰਤਾ ਜਾਂ ਵਿਲੱਖਣਤਾ ਵਿੱਚ ਕੀ ਕਰਦੀ ਹੋਈ ਇਕਾਂਗੀ ਜਾਂ ਏਕਾਤਮਕ ਦਮਨ ਨੂੰ ਆਪ ਪ੍ਰਵਾਨ ਕਰਦੀ ਹੈ। ਡਾਕਟਰ ਗੁਰੂ ਭਗਤ ਸਿੰਘ ਅਨੁਸਾਰ ਸਾਡੇ ਸਮੇਂ ਦਾ ਸਭ ਤੋਂ ਵੱਡਾ ਤਣਾਓ ਏਕਾਤਮਿਕਤਾ ਅਤੇ ਵਿਚਿੱਤਰਤਾ ਦੇ ਦਰਮਿਆਨ ਹੀ ਹੈ। ਵਿਚਿੱਤਰਤਾ ਦਾ ਭਾਵ ਪੜਦੀ ਹੋਂਦ ਨੂੰ ਮੰਨਣਾ ਹੀ ਨਹੀਂ ਬਲਕਿ ਉਸਦੀ ਵਡਿਆਈ ਨੂੰ ਸਵੈ ਵਿੱਚ ਸ਼ਾਮਿਲ ਕਰ ਅੱਗੋਂ ਸੰਚਾਰਿਤ ਜਾਂ ਪ੍ਰਤੀਬਿੰਬਿਤ ਕਰਨਾ ਵੀ ਹੈ। ਸਮਾਜਵਾਦ ਅਤੇ ਪੂੰਜੀਵਾਦ ਦੋਨੋਂ ਹੀ ਪਰ ਨੂੰ ਅਧੀਨ ਕਰਨ ਲਈ ਯਤਨਸ਼ੀਲ ਰਹੇ ਹਨ। ਸੋ ਇਹਨਾਂ ਵਿਚਾਰਧਾਰਾਵਾਂ 'ਤੇ ਆਧਾਰਿਤ ਰਾਜਨੀਤਿਕ ਆਰਥਿਕ ਪ੍ਰਬੰਧਨ ਹੈ ਮਾਨਵੀ ਮਨ ਨੂੰ ਦੇਹ ਮਾਨਵੀ ਮਨ ਅਤੇ ਦੇਹ ਨੂੰ ਆਪਣੇ ਅਨੁਸਾਰੀ ਬਣਾਉਣ ਦੀ ਕੋਸ਼ਿਸ਼ ਕੀਤੀਆਂ ਹਨ। ਤੋ ਅੱਗੇ ਕੁਟੇਸ਼ਨ ਹੈ ਉਹਨਾਂ ਦੀ ਕਿ ਡਾਕਟਰ ਗੁਰੂ ਭਗਤ ਸਿੰਘ ਨੇ ਬਿਸਮਾਦੀ ਪੂੰਜੀ ਕਰ ਦਿੱਤੀ। ਸਾਡੀ ਅੱਜ ਦੀ ਸੋਚ ਅਜੇ ਸਾਬਤ ਜਾਂ ਬਿਸਮਾਦੀ ਪੂੰਜੀ ਤੱਕ ਨਹੀਂ ਪਹੁੰਚੀ। ਪੂੰਜੀ ਦੇ ਦੋਵੇਂ ਸੰਕਲਪ ਪੂੰਜੀਵਾਦ ਅਤੇ ਸਮਾਜਵਾਦ ਬਿਸਮਾਦ ਨਾਲ ਟੁੱਟੇ ਹੋਏ ਹਨ। ਉਹ ਦੋਵੇਂ ਪੂੰਜੀਆਂ ਸ਼ੂਨਿਆਂ ਵਿੱਚ ਸੰਚਾਲਨ ਕਰਦੀਆਂ ਹਨ। ਉਹਨਾਂ ਦੀ ਸਪੇਸ ਵਿੱਚ ਪਵਿੱਤਰ ਮੌਜੂਦ ਨਹੀਂ। ਅਤੇ ਮੈਂ ਅਖੀਰ ਦੇ ਵਿੱਚ ਆਪਣੇ ਪੇਪਰ ਨੂੰ ਛੱਡਦਾ ਹੋਇਆ ਸੱਚ ਕੰਕਲੂਜ਼ਨ ਪੜ੍ਹਾਂ।
ਉਪਰੋਕਤ ਵਿਸ਼ਲੇਸ਼ਣ ਦੱਸਦਾ ਹੈ ਕਿ ਡਾਕਟਰ ਗੁਰਭਗਤ ਸਿੰਘ ਦੀਆਂ ਰਚਨਾਵਾਂ ਉੱਤਰ ਆਧੁਨਿਕ ਸਿਧਾਂਤ ਨੂੰ ਸਮਝਣ ਦੇ ਨਾਲ ਨਾਲ ਉਸਨੂੰ ਵਿਵਹਾਰ ਵਿੱਚ ਲਿਆਉਣ ਲਈ ਵੀ ਉਤਸੁਕ ਹਨ। ਡਾਕਟਰ ਗੁਰਭਗਤ ਸਿੰਘ ਚਿੰਤਨ ਦੀ ਪ੍ਰਮੁੱਖ ਵਿਸ਼ੇਸ਼ਤਾ ਇੱਕੋ ਵੇਲੇ ਅੰਤਰਰਾਸ਼ਟਰੀ ਸਿਧਾਂਤਕ ਰਚਨਾਵਾਂ ਦੇ ਵਿਧੀਆਂ ਅਤੇ ਪੰਜਾਬ ਦੇ ਮੌਲਿਕ ਚਿੰਤਨ ਨਾਲ ਜੁੜੇ ਹੋਣਾ ਹੈ। ਉਹਨਾਂ ਦਾ ਅਕਾਦਮਿਕ ਚਿੰਤਨ ਸਿੱਖ ਅਤੇ ਪੰਜਾਬੀ ਚਿੰਤਨ ਨੂੰ ਸਿਰਫ ਹਵਾਲੇ ਵਜੋਂ ਹੀ ਨਹੀਂ ਵਰਤ ਰਿਹਾ, ਸਗੋਂ ਇਸ ਦੇ ਪਰੰਪਰਾ ਚੋਂ ਪ੍ਰਕਾਸ਼ਿਤ ਜੀਵਨ ਵਿਧੀ ਦੇ ਗਿਆਨ ਅਤੇ ਅਰਥਾਂ ਨੂੰ ਵਿਸ਼ਵ ਚਿੰਤਨ ਵਿੱਚ ਸਥਾਪਿਤ ਕਰਨ ਲਈ ਵੀ ਯਤਨਸ਼ੀਲ ਹੈ। ਡਾਕਟਰ ਗੁਰਭਗਤ ਸਿੰਘ ਨੇ ਸਿੱਖ ਅਧਿਐਨ ਨੂੰ ਜਿਨ੍ਹਾਂ ਨਵੀਆਂ ਚੁਣੌਤੀਆਂ ਅਤੇ ਪ੍ਰਸ਼ਨਾਂ ਦੇ ਰੂਬਰੂ ਕੀਤਾ ਹੈ, ਉਹ ਇਸ ਅਨੁਸ਼ਾਸਨ ਨਾਲ ਜੁੜੇ ਖੋਜਾਰਥੀਆਂ ਵਿਦਿਆਰਥੀਆਂ ਤੋਂ ਗੰਭੀਰਤਾ ਭਰਪੂਰ ਜ਼ਿੰਮੇਵਾਰੀ ਦੀ ਤਾਕੀਦ ਕਰਦੇ ਹਨ। ਧੰਨਵਾਦ।